ਛੇਤੀ ਸੁਣ ਕੇ ਬਹੁਤ ਛੇਤੀ ਉਹ 'ਤੇ ਐਕਟਿਵ ਹੁੰਦੇ ਹਾਂ। ਇਸ ਤੋਂ ਕੁਝ ਜ਼ਿੰਦਗੀ ਜਿਉਣ ਨੂੰ ਕੁਝ ਜੀ ਕਰਦਾ ਹੈ ਵੀ ਆਪਣੇ ਵਰਕਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਚੇਤਨਾ ਪੱਧਰ ਹੈ ਥੋੜ੍ਹੀ ਪਹਿਲਾਂ ਨਾਲੋਂ। ਮੇਰਾ ਨਾਂ ਸ਼ਿੰਗਾਲਾ ਸਿੰਘ ਮਾਨ, ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦਾ ਸੂਬਾ ਸਕੱਤਰ ਹੈ। ਅੱਜ ਧਰਨਾ ਲਾਇਆ ਜਾ ਰਿਹਾ, ਕਿੱਥੇ ਲਾਇਆ ਜਾ ਰਿਹਾ ਅਤੇ ਹਾਂ ਦੇਖੋ, ਅਸੀਂ ਕਰ ਰਹੇ ਹਾਂ ਅੱਜ ਦੀ ਪੂਰੇ ਸੂਬੇ ਦੀ ਬਾਦਵੀਂ ਮੀਟਿੰਗ, ਜਿਹਦੇ ਵਿੱਚ ਅਸੀਂ ਪਿੰਡਾਂ ਤੋਂ ਲੈ ਕੇ ਸਾਰੇ ਸਾਡੇ ਆਗੂ ਆ ਜਿਹੜੇ ਪਿੰਡ ਪੱਧਰੇ ਆਗੂ, ਬਲਾਕ ਪੱਧਰੇ ਆਗੂ, ਜ਼ਿਲ੍ਹੇ ਪੱਧਰੇ ਆਗੂ, ਇਵੇਂ ਤਰ੍ਹਾਂ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਆਗੂ ਸਫਾ 'ਚ ਕੰਮ ਕਰਦੀਆਂ ਉਹ ਅਸੀਂ ਸਾਰੇ ਬੁਲਾਏ ਹੋਏ ਆ। ਇਹਨੂੰ ਅਸੀਂ ਆਪਦੀ ਭਾਸ਼ਾ 'ਚ ਬਾਦਵੀਂ ਮੀਟਿੰਗ ਕਹਿੰਦੇ ਹੁੰਦੇ ਹਾਂ ਜਾਂ ਸਿੱਖਿਆ ਦਾ ਇੱਕ ਮੀਟਿੰਗ ਕਹਿ ਲਓ। ਇਹ ਸਿੱਖਿਆ ਦਾ ਇੱਕ ਮੀਟਿੰਗ ਦਾ ਅੱਜ ਮਨੋਰਥ ਇਹ ਹੈਗਾ ਵੀ ਜੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਦੇ ਕਦਮ ਚਿੰਨ੍ਹਾਂ 'ਤੇ ਚੱਲਦਿਆਂ ਹੋਇਆਂ ਜੋ ਮੰਡੀਆਂ ਨੂੰ ਖਤਮ ਕਰਨ ਦਾ, ਸਾਈਲੋ ਗੋਦਾਮਾਂ ਨੂੰ ਵੱਧ ਅਧਿਕਾਰ ਦੇਣ ਦਾ, ਖਰੀਦ ਕਰਨ ਦਾ, ਉਹਨੂੰ ਸਟੋਰ ਕਰਨ ਦਾ, ਪ੍ਰੋਸੈਸਿੰਗ ਕਰਨ ਦਾ ਅਮਲ ਵਿੱਢਿਆ ਸੀ, ਉਸ ਅਮਲ ਨੂੰ ਭਾਵੇਂ ਵਕਤੀ ਤੌਰ 'ਤੇ ਸਾਡਾ ਤੁਰੰਤ ਜਦੋਂ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਇਹਦਾ ਡਟਵਾਂ ਵਿਰੋਧ ਕੀਤਾ, ਉਹਨੂੰ ਵਾਪਸ ਲੈਣਾ ਪੈ ਗਿਆ। ਪਰ ਇਹ ਨੀਤ ਅਤੇ ਨੀਤੀ ਸਰਕਾਰਾਂ ਦੀ ਨਹੀਂ ਬਦਲੀ, ਇਸ ਕਰਕੇ ਇਸ ਗੱਲ ਨੂੰ ਅਸੀਂ ਅੱਗੇ ਵਧਾਉਂਦਿਆਂ ਹੋਇਆਂ ਅਸੀਂ ਆਉਣ ਵਾਲੀ 11 ਤਰੀਕ ਨੂੰ ਸਾਰੇ ਸਹਿਲੋ ਗੋਦਾਮ ਆ ਜਿਹੜੇ ਉਹਨਾਂ ਦੇ ਅੱਗੇ ਧਰਨੇ ਲਾ ਕੇ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਵੀ ਇਹ ਜਿਹੜੇ ਸਹਿਲੋ ਗੋਦਾਮਾਂ ਦਾ ਕਾਰੋਬਾਰ ਹੈ ਚਾਹੇ ਜਿਹੜੇ ਬਣ ਰਹੇ ਆ ਉਹਨਾਂ ਦਾ ਸਰਕਾਰ ਆਪਦੇ ਹੱਥ 'ਚ ਲਵੇ ਅਤੇ ਜਿਹੜੇ ਬਣ ਚੁੱਕੇ ਆ ਉਹਨਾਂ ਦਾ ਵੀ ਸਰਕਾਰੀਕਰਨ ਕੀਤਾ ਜਾਵੇ, ਉਹਨਾਂ ਨੂੰ ਇਸ ਖੇਤਰ 'ਚੋਂ ਬਾਹਰ ਕੀਤਾ ਜਾਵੇ। ਇਹ ਠੀਕ ਹੈ, ਅੱਜ ਸਮੇਂ ਦੀ ਲੋੜ ਹੈ, ਬਹੁਤ ਵੱਡਾ ਅਨਾਜ ਆ ਜਿਹੜਾ ਪੂਰੀ ਸਾਂਭ ਸੰਭਾਲ ਨਾ ਹੋਣ ਕਰਕੇ ਖਰਾਬ ਹੋ ਜਾਂਦਾ, ਉਹ ਖਾਣ ਯੋਗ ਨਹੀਂ ਰਹਿੰਦਾ। ਲੋੜ ਹੈਗੀ ਆ ਸਹਿਲੋ ਗੋਦਾਮਾਂ ਦੀ, ਪਰ ਸਹਿਲੋ ਗੋਦਾਮ ਹੋਣ ਕਿਵੇਂ? ਇੱਕ ਤਾਂ ਉਹਦੇ ਸਾਡੀ ਇਹ ਮੰਗ ਆ ਵੀ ਸਰਕਾਰੀ ਹੋਣ ਸਾਰੇ, ਉਹ ਸਰਕਾਰ ਆਪਦੇ ਹੱਥ 'ਚ ਲਵੇ ਕਾਰੋਬਾਰ। ਦੂਜੀ ਮੰਗ ਵੀ ਉਹ ਸਹਿਲੋ ਗੋਦਾਮਾਂ ਦੇ ਵਿੱਚ ਬੇਲੋੜੀ ਮਸ਼ੀਨਰੀ ਆ ਜਿਹੜੀ ਸਾਡੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਖਤਮ ਕਰਦੀ ਹੈ। ਮਜ਼ਦੂਰਾਂ ਨੂੰ ਰੁਜ਼ਗਾਰ ਦਿੰਦੇ ਆ, ਟਰੱਕਾਂ ਨੂੰ ਰੁਜ਼ਗਾਰ ਦਿੰਦੇ ਆ, ਪੱਲੇਦਾਰਾਂ ਨੂੰ ਰੁਜ਼ਗਾਰ ਦਿੰਦੇ ਆ, ਤੋਲਿਆਂ ਨੂੰ ਰੁਜ਼ਗਾਰ ਦਿੰਦੀ ਹੈ, ਬੋਰੀਆਂ ਸਿਉਣ ਵਾਲਿਆਂ ਨੂੰ ਰੁਜ਼ਗਾਰ ਦਿੰਦੀ ਹੈ, ਉਹ ਸਾਰੇ ਰੁਜ਼ਗਾਰ 'ਤੇ ਮਾਂਝਾ ਮਾਰਦੀ ਹੈ। ਇਸ ਕਰਕੇ ਉਹਨੂੰ ਕਾਇਮ ਰੱਖ ਕੇ ਜਿੰਨੀ ਕੁ ਮਸ਼ੀਨਰੀ ਦੀ ਲੋੜ ਹੈ, ਜਿਵੇਂ ਉਹਨੂੰ ਤਾਪਮਾਨ ਕਿਹੋ ਜਿਹਾ ਦੇਣਾ, ਉਹਨੂੰ ਗੈਸਾਂ ਕਿਹੋ ਜਿਹੀਆਂ ਦੇਣੀਆਂ, ਅਨਾਜ ਨਾ ਖਰਾਬ ਹੋਏ, ਉੱਨੀ ਕੁ ਵਰਤੋਂ ਕੀਤੀ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਅਸੀਂ 11 ਤਰੀਕ ਨੂੰ ਇਹ ਗੱਲ ਨੂੰ ਪੂਰੀ ਤਰ੍ਹਾਂ ਭਾਰਨਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਵੀ ਸਹਿਲੋ ਗੋਦਾਮਾਂ ਵਾਲਾ ਇਹਦਾ ਸਰਕਾਰੀਕਰਨ ਕੀਤਾ ਜਾਵੇ, ਨਿੱਜੀਕਰਨ ਹੈ ਜਿਹੜਾ ਉਹ ਬਿਲਕੁਲ ਖਤਮ ਕੀਤਾ ਜਾਵੇ। ਇਹ ਮੈਂ ਝੰਡਾ ਸਿੰਘ ਜੇਠੂ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਅੱਜ ਦੀ ਜਿਹੜੀ ਅਸੀਂ ਬਾਦਵੀਂ ਮੀਟਿੰਗ ਸੱਦੀ ਐਮਰਜੈਂਸੀ, ਕੱਲ੍ਹ ਦੁਪਹਿਰ ਤੋਂ ਬਾਅਦ ਅਸੀਂ ਫੈਸਲਾ ਕੀਤਾ ਜਦੋਂ ਇਸ ਗੱਲ ਦੀ ਪੜਤਾਲ ਕੀਤੀ ਕਿ ਭਾਵੇਂ ਉਹਨਾਂ ਨੇ ਵਕਤੀ ਤੌਰ 'ਤੇ ਚੋਣਾਂ ਦਾ ਕਰਕੇ ਵਾਪਸ ਲੈ ਲਏ ਉਹ ਫੈਸਲੇ, ਚੋਣਾਂ ਲੰਘਣ ਤੋਂ ਬਾਅਦ ਇਹ ਜਿਹੜਾ ਰਾਹ ਲਿਆ ਉਸੇ ਰਾਹ ਜਾਣਾ, ਉਹੀ ਨੀਤੀਆਂ ਲਾਗੂ ਕਰਨੀਆਂ। ਜਿਹੜਾ ਸਾਮਰਾਜ ਦਾ ਦਬਾਅ ਹੈ, ਡਾਂਕਲ ਦਾ ਦਬਾਅ ਹੈ, ਬਹੁ ਕੌਮੀ ਕੰਪਨੀ ਹੈ, ਉਹਨਾਂ ਦੇ ਹਿਸਾਬ ਨਾਲ ਸਾਰਾ ਕੁਛ ਚੱਲ ਰਿਹਾ, ਉਹਨਾਂ ਦੀ ਨੀਤੀ ਪਾਲਿਸੀਆਂ ਲਾਗੂ ਹੋ ਰਹੀਆਂ। ਅਸੀਂ ਇਸ ਗੱਲ ਨੂੰ ਅੱਜ ਲੋਕਾਂ ਦੀ ਜਿਹੜੀ ਮਨਾਂ 'ਚ ਉੱਠੀ ਹੋਈ ਹੈ ਵੀ ਕੀ ਕਰਨ ਲੱਗੀ ਸੀ ਆਪ ਸਰਕਾਰ, ਫੈਸਲਾ ਵਕਤੀ ਭਾਵੇਂ ਵਾਪਸ ਲੈ ਲਓ, ਉਹਨੂੰ ਇਹ ਗੱਲ ਸਮਝਾਉਣੀ ਹੈ। ਅਤੇ 11 ਤਰੀਕ ਨੂੰ ਅਸੀਂ ਜਿਹੜੇ ਸ਼ੈਲੋ ਗੋਦਾਮ ਹੈ ਉਹਨਾਂ ਦੇ ਮੂਹਰੇ ਧਰਨੇ ਲਾ ਕੇ ਸਰਕਾਰ ਤੋਂ ਇਹ ਮੰਗ ਕਰਨੀ ਹੈ ਕਿ ਜਿਹਨਾਂ ਨੂੰ ਮਨਜ਼ੂਰੀ ਪਹਿਲਾਂ ਦਿੱਤੀ ਹੈ ਬਣ ਗਏ,
ਇਹਨਾਂ ਨੂੰ ਆਪਦੇ ਕਬਜ਼ੇ 'ਚ ਲਓ, ਜਿਹੜੇ ਬਣ ਰਹੇ ਆ ਸੈਲੋ ਗੋਦਾਮ ਉਹਨਾਂ 'ਤੇ ਰੋਕ ਲਾਓ, ਬਣਨਾ ਬਣਨ ਅਨਾਜ ਸਾਹਮਣੇ ਸਰਕਾਰ ਆਪਦੇ ਗੋਦਾਮ ਬਣਾਵੇ। ਪਹਿਲਾਂ ਸਰਕਾਰੀ ਗੋਦਾਮ ਹੀ ਹੁੰਦੇ ਸੀ, ਜੇ ਅਨਾਜ ਕੋਈ ਵੱਧ ਹੋਣ ਲੱਗ ਗਿਆ ਖੁੱਲ੍ਹੇ ਪੰਥ ਲਾਉਣੇ ਪੈਂਦੇ ਆ, ਬੋਰੀਆਂ ਲਾਉਣੀਆਂ ਪੈਂਦੀਆਂ ਖੁੱਲ੍ਹੇ ਅਸਮਾਨ 'ਚ, ਉਹਦੇ ਲਈ ਬਣਾ ਲੈਣ। ਆਹ ਸਾਡੀ ਮੰਗ ਹੈ, ਜਿਹਦਾ ਮਤਲਬ ਉਹਨਾਂ ਨੀਤੀਆਂ ਤੋਂ ਥੋੜ੍ਹਾ ਪਿੱਛੇ ਮੁੜੇ, ਪਰ ਜਿੱਧਰ ਨੂੰ ਇਹ ਨੀਤੀਆਂ ਜਾ ਰਹੀਆਂ ਦੇਖੋ, ਇਹਦੇ ਨਾਲ ਇਕੱਲੇ ਕਿਸਾਨਾਂ ਮਜ਼ਦੂਰਾਂ ਦਾ ਨੁਕਸਾਨ ਨਹੀਂ, ਇਹਦੇ ਨਾਲ ਤਾਂ ਬਹੁਤ ਵੱਡੀ ਮਾਰ ਪੈਣੀ। ਪਹਿਲਾਂ ਤਾਂ ਜਿਹਨਾਂ ਨੂੰ ਜੰਦਕ ਵੰਡ ਪ੍ਰਣਾਲੀ ਵਾਲਾ ਅਨਾਜ ਮਿਲਦਾ, ਦਾਲ ਥੋੜ੍ਹੀ ਬਹੁਤੀ ਮਿਲਦੀ ਹੈ, ਉਹ ਸਾਰੇ ਮਾਰੇ ਜਾਣਗੇ। ਇਹਦੇ ਨਾਲ ਜੁੜੇ ਹੋਏ ਮੰਡੀਆਂ ਦਾ ਜਿਹੜਾ ਕਾਰੋਬਾਰ ਹੈ ਉਹਦਾ ਪੱਠਾ ਬਹਿਣਾ, ਕੁੱਲ ਪੱਲੇਦਾਰ ਵਿਹਲੇ ਹੋ ਜਾਣਗੇ, ਕੁੱਲ ਧਾਣ ਕੇ ਵਿਹਲੇ ਹੋ ਜਾਣਗੇ, ਕੁੱਲ ਜਿਹਨਾਂ ਦਾ ਟਰੱਕਾਂ ਦਾ ਕਾਰੋਬਾਰ ਹੈ, ਬਹੁਤ ਵੱਡੀ ਆਮਦਨ ਆ ਉਹਨਾਂ ਦੀ, ਵੀ ਪਹਿਲਾਂ ਮੰਡੀ 'ਚ ਜਾ ਕੇ ਕਿਸੇ ਨਾ ਕਿਸੇ ਗੋਦਾਮ 'ਚ ਲਾਉਣੇ ਆ, ਗੋਦਾਮਾਂ 'ਚੋਂ ਸਪੈਸ਼ਲ 'ਤੇ ਚੜਾਉਣੇ ਆ, ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਪੱਠਾ ਪੈ। ਏਡਾ ਵੱਡਾ ਰੁਜ਼ਗਾਰ ਦਾ ਖਾਤਮਾ ਕਰਨ ਜਾ ਰਹੀ ਹੈ ਇਹ, ਜਿਹੜੇ ਇਹਨਾਂ ਦੇ ਫੈਸਲੇ, ਅਤੇ ਲੋਕ ਖੁਦਕਸ਼ੀਆਂ ਕਰੀ ਜਾਂਦੇ ਆ, ਕਿਸਾਨ ਹੈ ਮਜ਼ਦੂਰ ਹੈ, ਕਿਸੇ ਨੂੰ ਨੌਜਵਾਨ ਨੂੰ ਰੁਜ਼ਗਾਰ ਨਹੀਂ, ਜਾਂ ਨਸ਼ੇ 'ਤੇ ਲਾਤੇ ਜਾਂ ਬਾਹਰ ਤੁਰੇ ਜਾਂਦੇ ਆ। ਇਸ ਕਰਕੇ ਅਸੀਂ ਉਹ ਲੋਕਾਂ ਨੂੰ ਸਮਝਾ ਕੇ ਇਹਨਾਂ ਨੀਤੀਆਂ ਤੋਂ ਸਰਕਾਰ ਨੂੰ ਮੋੜਨਾ, ਜਿੰਨੀ ਗਿਣਤੀ ਨੂੰ ਵੱਡੀ ਗਿਣਤੀ ਨੂੰ ਸਮਝ ਆ ਜਾਊ। ਅਸੀਂ ਚਾਹੁੰਦੇ ਜਿਵੇਂ ਦਿੱਲੀ ਲੋਕ ਉੱਠ ਕੇ ਤੁਰੇ, ਉਹੀ ਜਿਹੇ ਮਾਹੌਲ ਸਾਰਿਆਂ ਦੇ ਮਨਾਂ 'ਚ ਹੌਲੀ ਹੌਲੀ ਬਣੇ।